क्या बोला आपने? चार आदमी मिला के भी नहीं होगा क्या? हम चार आदमी अगर आपको घेरेंगे ना तब भी हमारे से नहीं होगा। अरे नहीं होगा ना, हमने जितना भी देखा कितना तुम्हारा कहीं जितना मेरे पैर है ना जितने तेरे ऊपर है। हमने चार आदमी क्यों घेर रहे भाई, हम तो भाई है, हम क्यों लड़ेंगे? ठीक है, थैंक यू सो मच, आपका बड़ा अच्छा था यहाँ पे। चार आदमी मिला कर भी नहीं होगा कहना, चार आदमी लाके भी कहते डक्या नहीं जाना। थैंक यू सो मच, अच्छा लगा यहाँ पे, अच्छा स्टे था हमारा। ये कर दिए मैंने इसके हैं, चलो थैंक यू। हाँ जी हाँ जी, धन्यवाद भैया, इंडिया के लिए खेलता हूँ मैं, धन्यवाद, स्पोर्ट्स मैन हूँ। थैंक यू जी, थैंक यू, आते रहना। हाँ हाँ, इस होटल में आओ भाई, दीनारा सिद्धार्थ होम स्टे, सिद्धार्थ होम स्टे जाओ, लोसर विलेज दे विच आ। ते हुण असीं चले आ यारां नूं करके बाय बाय मनाली नूं, ते मनाली तो बाद फिर असीं जावांगे आनंदपुर साहब मथा टेक के घरां नूं वापसी। चंगा भाई ब्रदर, ओके 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 जी, बाय बाय, थैंक यू। चलो राती सानूं इत्थों ही कहता सीगा वी इत्थों ही वापस चल जाओ, बिकॉज़ रात नूं 12 बजे तों बाद ਕੋਈ ਇੱਥੇ ਨਹੀਂ ਜਾ ਸਕਦੇ, ਨੋ ਨੈਟਵਰਕ ਬਿਯੋਂਡ ਦਿਸ ਪੁਆਇੰਟ, ਸੋ ਇਹ ਤੋਂ ਅੱਗੇ ਨਹੀਂ ਆਉਣਾ ਨੈਟਵਰਕ, ਇਸ ਕਰਕੇ ਰਾਤ ਨੂੰ ਇੱਥੇ ਬੰਦ ਕਰ ਦਿੰਦੇ ਆ ਇਹ ਚੈੱਕ ਪੋਸਟ ਵਾਲੇ, ਦਿਨੇ ਜਾ ਸਕਦੇ ਹਾਂ ਆਪਾਂ, ਰਾਹ ਵੀ ਥੋੜ੍ਹਾ ਡੇਂਜਰ ਆ ਬੰਦ ਹੋਣੇ। ਸਾਰਾ ਰਾਹ ਜਿਹੜਾ ਲੋਸਰ ਵਿਲੇਜ ਤੋਂ ਲੈ ਕੇ ਮਨਾਲੀ ਤੱਕ ਦਾ ਕਹਿੰਦੇ ਇੱਦਾਂ ਦਾ ਇਹੋ ਜਿਹਾ ਹੀ ਆ, ਪਰ ਇੱਥੇ ਥੋੜ੍ਹਾ ਥੋੜ੍ਹਾ ਚੇਂਜ ਹੋਣ ਲੱਗ ਪਿਆ, ਪਹਾੜਾਂ 'ਤੇ ਹਰਿਆਲੀ ਦਿਖਣ ਲੱਗ ਗਈ ਆ, ਘਾਹ ਘੂਹ ਦਿਖਣ ਲੱਗ ਪਿਆ, ਥੋੜ੍ਹਾ ਚੇਂਜ ਹੋਇਆ ਲੈਂਡਸਕੇਪ। ਇੱਥੇ ਦੀ ਬਿਊਟੀ ਇਹੀ ਆ ਵੀ ਇੱਥੇ ਦਾ ਲੈਂਡਸਕੇਪ ਹਰੇਕ ਘੰਟੇ ਬਾਅਦ ਜਾਂ ਕਹਿ ਲਓ ਕੁਛ ਕਿਲੋਮੀਟਰ ਬਾਅਦ ਤੁਹਾਨੂੰ ਚੇਂਜ ਹੀ ਮਿਲਣਾ, ਅਤੇ ਗੱਡੀ ਗੇਅਰ 'ਚ ਵੀ ਪਹਿਲੀ 'ਚ ਜਾਂ ਦੂਜੇ 'ਚ ਚੜ੍ਹਦੀ ਆ। ਪਰ ਬੜਾ ਸਾਥ ਦਿੱਤਾ ਇਹਨੇ, ਕਿਤੇ ਨਹੀਂ ਧੋਖਾ ਦੇ ਦਿੱਤਾ ਇਹਨੇ, ਮਾੜੀ ਮੋਟੀ ਜਿਹੜੀ ਰਿਪੇਅਰ ਸੀ ਉਹ ਚੱਲ ਹੋ ਗਈ, ਉਹ ਤੋਂ ਬਾਅਦ ਚੜ੍ਹਦੀ ਕਲਾ 'ਚ ਹੀ ਰਿਹਾ ਕੰਮ। ਇੱਦਾਂ ਸਫਾਈ ਹੁੰਦੀ ਰਾਜ ਪੱਥਰਾਂ ਦੀ, ਰਾਜ ਡਿੱਗਦੇ ਆ ਪੱਥਰ, ਪਾਣੀ ਕਿੰਨਾ ਸਾਫ ਇੱਥੇ, ਉੱਤੇ ਵਾਲਾ ਪਾਣੀ ਸਾਰਾ ਗੰਦਲਾ ਹੈਗਾ, ਇਹ ਪਾਣੀ ਗਲੇਸ਼ੀਅਰਸ ਤੋਂ ਆ ਰਿਹਾ। ਉਹ ਉੱਤੋਂ ਦੇਖੋ ਹੌਲੀ ਹੌਲੀ ਹੌਲੀ, ਯੈਸ ਬ੍ਰੋ ਇੱਧਰ ਚੱਲੇ, ਇੱਧਰੋਂ ਵੀ ਨਿਕਲ ਹੀ ਜਾਣੀ ਉਹ ਤਾਂ। ਨਹੀਂ ਕੀ ਵਕਤ ਪਿਆ ਤੁਹਾਨੂੰ, ਰੱਬ ਨੇ ਚੰਗਾ ਭਲਾ ਸਾਰਾ ਕੁਛ ਤੁਹਾਨੂੰ ਦਿੱਤਾ, ਦੋ ਇੱਕ ਹੈ ਨੁਕਸ ਲੈ ਦਿਮਾਗ, ਆਰਾਮ ਨਾਲ ਗੱਡੀਆਂ ਜਾ ਮੋਟਰਸਾਈਕਲਾਂ ਵੀ ਮਿੱਟੀ ਫੱਕਦੇ ਆਉਂਦੇ ਨੀ ਨੀ ਨਾਲੇ ਲੱਤਾਂ ਦੀ ਬੱਸ ਹੁੰਦੀ ਯਾਰ ਨੇ। ਉਹ ਦੇਖੋ ਗਲੇਸ਼ੀਅਰ ਦਾ ਪਾਣੀ ਮੈਲਟ ਹੋ ਕੇ ਆਉਂਦਾ ਪਿਆ ਥੱਲੇ, ਇਹ ਚੀਜ਼ ਆਪਾਂ ਹੁਣ ਦੇਖੀ ਆ। ਆਹ ਬਰਫ਼ ਪਿਘਲ ਪਿਘਲ ਕੇ ਇਹਦੇ ਪਾਣੀ ਹੱਥ ਪਾਇਆ, ਪੂਰਾ ਚਿਲਡ ਵਾਟਰ ਆਉਣਾ ਇਹ, ਆਈਸ ਚਿਲਡ, ਹਵਾ ਵੀ ਬਹੁਤ ਸੋਹਣੀ ਵੱਜਦੀ ਪਈ ਬਾਹਰ ਠੰਡੀ। ਆਹ ਬਰਫ਼ ਜਮਾਂ ਨੇੜੇ ਨੇੜੇ ਡਿੱਗੀ ਹੋਈ ਆ। ਮਨਾਲੀ ਦੇ ਰਾਜ ਚਾਚਾ ਚਾਚੀ ਚੰਦਰ ਢਾਬਾ, ਬੜਾ ਟੌਪ ਦਾ ਬਣਾਇਆ ਅੰਦਰ, ਕੈਂਪਿੰਗ ਟਾਈਪ ਝੁੱਗੀ ਕਹਿ ਦੋ, ਨਾਈਸ ਦੱਸ।
ਖਾਣਾ ਕੁਛ ਸਟਿਕਰ ਵੀ ਹੈਗੇ ਅੱਛਾ ਲਾ ਕੇ ਗਏ ਅੰਕਲ ਕਿਆ ਕਿਆ ਆਪਣੇ ਪਾਸ ਰਾਜਮਾ ਚਾਵਲ ਦਾਲ ਕੜੀ ਚਾਹ ਪੀਣੀ ਹੈ ਚਾਹ ਪੀਏ ਅੰਕਲ ਇੱਕ ਚਾਹ ਕਰ ਦੋ ਨਾ ਖਾਣੇ ਬਿਸਕੁਟ ਘੈਂਟ ਜਗ੍ਹਾ ਹਿਮਾਲਿਆ ਚ ਬਣੀ ਹੋਣੀ ਆ ਹਿਮਾਲਿਆ ਚ ਬਣੀ ਆ ਓਏ ਇਹਨਾਂ ਥਾਰ ਦੇ ਚੱਲ ਮੋਟਰਸਾਈਕਲ ਚੜੀਏ ਹੈਲੋ ਬ੍ਰੋ ਨਵਪ੍ਰੀਤ ਨਵਪ੍ਰੀਤ ਇਹ ਮੇਰਾ ਭਾਈ ਹੈ ਇਹ ਹੈ ਕਿਆ ਕਰਦਾ ਦੱਸ ਇਹ ਮੁੱਕੀਆਂ ਮਾਰਦਾ ਇਹ ਐਮ 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 ਫਾਈਟਰ ਹੈ ਇਹ ਬਰਫ ਵੀ ਦੇਗੀ ਜਿਹੜੀ ਮੈਲਟ ਹੋ ਖੁਰ ਖੁਰ ਥੱਲੇ ਆਈ ਜਾਂਦੀ ਪਰ ਇਹ ਗੰਦੀ ਬਰਫ ਆ ਗੰਦੀ ਬਰਫ ਡਰਟੀ ਬਰਫ ਇਹ ਜੇ ਪੈਰ ਰੱਖਿਆ ਤੇ ਜਾਂ ਸਲਿਪ ਕਰੂੰਗੇ ਨਹੀਂ ਤਾਂ ਟੋਆ ਪਾਣੀ ਨਾਲ ਵਗਦਾ ਆ ਜਿਹੜੀ ਬਰਫ ਆ ਨਾ ਏਦਾਂ ਖੁਰਦੀ ਆ ਪੂਰੀ ਆਈਸ ਬਣੀ ਹੋਈ ਇਹ ਇੱਥੋਂ ਬੋਲੀ ਹੋਣੀ ਆ ਕਿਉਂਕਿ ਪਾਣੀ ਖੁਰਦਾ ਬਰਫ ਤਾਂ ਠੰਡੀ ਹੋਣੀ ਮਨਾਲੀ ਤੋਂ ਜਦੋਂ ਤੁਸੀਂ ਸਪੀਤੀ ਵੱਲ ਨੂੰ ਜਾਓਗੇ ਤੇ ਏਦਾਂ ਦੀਆਂ ਤੁਹਾਨੂੰ ਬਹੁਤ ਚੀਜ਼ਾਂ ਦਿਖਣੀਆਂ ਆਈਸ ਬਣੀ ਹੋਈ ਪੂਰੀ ਸਹੀ ਗੱਲ ਆ ਇੱਥੋਂ ਤਿਰਕ ਕੇ ਲੋਕੀ ਸੱਟ ਲਵਾਉਂਦੇ ਆ ਏਦਾਂ ਨਹੀਂ ਬਰਫਾਂ ਦਾ ਚਲੋ ਏਦਾਂ ਇੱਥੇ ਆਏ ਦਾ ਪਾਣੀ ਨਾ ਪੀਤਾ ਪਾਣੀ ਦੇਖ ਕਿੱਦਾਂ ਸਾਫ ਆ ਸੌ ਗਿਆ ਤੇ ਭਰਿਆ ਗਾ ਪਾਣੀ ਵੱਲ ਪੀਨੇ ਆ ਪੈਣ ਤੁਹਾਨੂੰ ਦਿਖਾਉਂਦਾ ਮੈਂ ਪੂਰਾ ਏਡਾ ਸੋਹਣਾ ਵਾਟਰਫਾਲ ਆ ਨਾ ਆਹ ਦੇਖੋ ਟਾਇਰ ਤੈਨੂੰ ਮੈਂ ਵਿਖਾ ਦਿੰਦਾ ਤੇ ਜੇ ਕੁਛ ਉੜਬੜ ਕੇ ਉੜਬੜ ਹੋ ਗਿਆ ਨਾ ਤੇ ਮੈਂ ਜ਼ਿੰਮੇਵਾਰ ਨਹੀਂ ਹੈਗਾ
ਕੱਟ ਗਿਆ ਤੇਰੇ ਫੋਨ ਦੇ ਕੱਟ ਲਾ ਸਾਰੇ ਮਿਲ ਜਾਂਦੇ ਨੁਕਰਾ ਮਾਰਵਾੜੀ ਖਾਣੋ ਸਭ ਖੜੇ ਆ ਕਿੰਨੇ ਘੋੜੇ ਆ ਨਾ ਇੱਥੇ ਰਾਜ ਘੋੜਾ ਸੋਹਣਾ ਯਾਰ ਹੈ ਥੋੜਾ ਜਿਹਾ ਔਖਾ ਡੇਂਜਰ ਆ ਥੱਕ ਜਾਂਦਾ ਬੰਦਾ ਪਰ ਜਦੋਂ ਆਹ ਨਜ਼ਾਰੇ ਦੇਖਦੇ ਆ ਸਾਰੀ ਥਕਾਵਟ ਮਰ ਜਾਂਦੀ ਕਰੇਨਾ ਦੇ ਦੇ ਨਾ ਰਾਜ ਇਹ ਹੰਡਾਈ ਆ ਵੀ ਕੋਈ ਬ੍ਰਾਂਡ ਛੱਡਿਆ ਆਪਾਂ ਗਾਲ ਬਰੋ ਸਵੇਰ ਦੇ ਤੁਰੇ ਆ ਆ ਰੋਡ ਦਿਖਿਆ ਉਹ ਭਰਾਵਾ ਉਤਰ ਕੇ ਮੱਥਾ ਡੇਗ ਪਹਿਲਾਂ ਪਰਮਾਤਮਾ ਹੋਲੀ ਚਲਾਓ ਧਿਆਨ ਨਾਲ ਚਲਾ ਬੰਦਿਆਂ ਨੂੰ ਸਪੀਤੀ ਖਤਮ ਤੇ ਸਿਸੂ ਸ਼ੁਰੂ ਇਹ ਤੋਂ ਬਾਅਦ ਫਿਰ ਮਨਾਲੀ ਸਾਡਾ ਸਟੋਪ ਹੋਣ ਲੱਗਣਾ ਮਨਾਲੀ ਮਨਾਲੀ ਤੋਂ ਕੁਛ ਖਾਵਾਂ ਪੀਵਾਂਗੇ ਫਿਰ ਗੱਡੀ ਛੂਟ ਵੱਟ ਦੇਣੀ ਆਪਾਂ ਆਪਣੇ ਘਰਾਂ ਨੂੰ ਲਓ ਜੀ ਅਟਲ ਟਨਲ ਕੋਲ ਪਹੁੰਚ ਗਏ ਹੁਣ ਗਾਂ ਤੁਰ ਲਾ ਇੱਥੇ ਤੱਕ ਮੈਂ ਆਇਆ ਮਨਾਲੀ 'ਚ ਆਹ ਮੇਰਾ ਲਾਸਟ ਪੁਆਇੰਟ ਸੀਗਾ ਬਹੁਤ ਬਰਫ਼ ਪਈ ਹੋਈ ਉਹ ਉੱਧਰਲੀ ਸਾਈਡ 'ਤੇ ਇੱਥੇ ਕਰਕੇ ਬਰਫ਼ ਬਹੁਤ ਪਈ ਹਾਂ ਉੱਥੇ ਤੱਕ ਆਇਆ ਹੋਇਆ ਸੀ ਸ਼ੁਗਰ ਆ ਦਰਖਤ ਦੇਖੇ ਸ਼ੁਗਰ ਆ ਸ਼ੁਗਰ ਆ ਗੱਡੀ ਲਾ ਕੇ ਗੱਭਰੂ ਪਾਰਕ ਤੇ ਪਾਰਕਿੰਗ ਵਾਲੇ ਅੰਕਲ ਕਿਆ ਬਣਾ ਰਹੇ ਹੋ ਆਪ ਆਲੂ ਮਹਿੰਗਾ ਸਮੈਲ ਬੜੀ ਅੱਛੀ ਹੈ ਯੈਸ ਚਲੋ ਚੱਲੀਏ ਵੀ ਔਖੀ ਖਿਲਾਰਦੇ ਰਹਿੰਦੇ ਕੁੜੀਆ ਵੈ ਜਿੱਥੇ ਜਾਈਏ ਇੱਕਦਮ ਅਸੀਂ ਉੱਥੇ ਆ ਗਏ ਜਿੱਥੇ ਕਿੰਨੇ ਹੀ ਬੰਦੇ ਕਿੰਨੀਆਂ ਹੀ ਦੁਕਾਨਾਂ ਕਿੰਨਾ ਹੀ ਕੁਛ ਅਤੇ ਇੱਕ ਉਹ ਥਾਂ ਸੀ ਸਵੇਰੇ ਹਜੇ 7-8 ਘੰਟੇ 8 ਘੰਟੇ ਹੋਏ ਸਾਨੂੰ 8 ਘੰਟੇ ਪਹਿਲਾਂ ਨੋ ਕਰਾਊਡ ਨੋ ਬਿਲਡਿੰਗਸ ਨੋ ਨਥਿੰਗ ਸਾਰਾ ਕੁਛ ਨੋਰਮਲ
ਅਸੀਂ ਤਕਰੀਬਨ 7-8 ਦਿਨਾਂ ਬਾਅਦ ਇੰਨੇ ਬੰਦੇ ਦੇਖੇ ਆ, ਨਹੀਂ ਤਾਂ ਉੱਥੇ ਸਪੀਤੀ ਵਾਜ਼ ਅ ਗ੍ਰੇਟ ਐਕਸਪੀਰੀਅੰਸ। ਬੇਸਿਕਲੀ ਜਿਹੜੀ ਉਹ ਚੀਜ਼ ਆ ਉਹ ਆ ਕੋਲਡ ਡੈਜ਼ਰਟ। ਕੋਲਡ ਡੈਜ਼ਰਟ ਆ, ਠੰਡੇ ਰੇਗਿਸਤਾਨ ਆ, ਉੱਥੇ ਪਹਾੜ ਜਿਹੜੇ ਆ ਉਹ ਮੈਂ ਕਹਿੰਦਾ ਹੁਣ ਨਾ ਗੰਜੇ ਪਹਾੜ, ਸੋ ਸੁੱਕੇ ਹੋਏ ਪਹਾੜ ਆ। ਉੱਥੇ ਆਕਸੀਜਨ ਦੀ ਬਹੁਤ ਕਮੀ ਹੈ, ਬਹੁਤ ਮਤਲਬ ਕਮੀ ਹੈ। ਹੁਣ ਜਦੋਂ ਮੇਰੇ ਵਰਗਾ ਬੰਦਾ ਹੋਵੇ ਤਾਂ ਗੁੱਡ ਮਸਲ ਮਾਸ, ਜਾਂ ਮਾਣੇ ਵਰਗਾ ਬੰਦਾ ਹੋਵੇ ਤਾਂ ਗੁੱਡ ਮਸਲ ਮਾਸ, ਜੇ ਅਸੀਂ ਉੱਥੇ ਜਾਂਦੇ ਹਾਂ ਇਟ ਮੀਨਸ ਸਾਡੀ ਬੋਡੀ ਨੂੰ ਆਕਸੀਜਨ ਦੀ ਜ਼ਿਆਦਾ ਲੋੜ ਆ ਬਿਕੋਜ਼ ਆਫ ਮਸਲਸ। ਇਸ ਕਰਕੇ ਸਾਨੂੰ ਜ਼ਿਆਦਾ ਸਾਹ ਚੜ੍ਹਦਾ, ਫਿਰ ਸ਼ੁਗਰ ਆ ਸਾਡੇ ਜਿਹੜੇ ਫੇਫੜੇ ਆ, ਸਾਡੇ ਲੰਗਸ ਆ ਵਧੀਆ ਕੰਮ ਕਰਦੇ ਆ, ਅਸੀਂ ਐਕਸਰਸਾਈਜ਼ ਕਰਦੇ ਹਾਂ, ਕਾਰਡੀਓ ਕਰਦੇ ਹਾਂ, ਵਧੀਆ ਡਾਇਟ ਖਾਂਦੇ ਹਾਂ, ਬਟ ਆਕਸੀਜਨ ਘੱਟ ਆ। ਐਂਡ ਇਟ ਵਾਸ ਫਨ, ਅਤੇ ਬਾਕੀ ਥੱਲੇ ਸਿੰਬਾ ਪਿਆ, ਬਾਕੀ ਵਲੋਗ ਦੇਖੋ, ਪਿਆਰ ਦਿਓ, ਲਾਈਕ ਕਮੈਂਟ ਅਤੇ ਸਬਸਕ੍ਰਾਈਬ। ਅੱਜ ਹੁਣ ਮਨਾਲੀ ਗੇੜਾ ਦੇ ਕੇ ਇੱਕ ਇੱਥੇ ਇੱਕ ਕੈਫੇ, ਹੁਣ ਅਸੀਂ ਮਾਲ ਰੋਡ ਆ, ਇਸ ਤੋਂ ਬਾਅਦ ਇੱਕ ਇੱਥੇ ਕੈਫੇ ਆ, ਕੈਫੇ 1947, ਬੜਾ ਜ਼ਬਰਦਸਤ ਕੈਫੇ ਆ, ਜ਼ਰੂਰ ਆਇਓ। ਹਾਂ ਯਾਰ, ਯੈਸ, ਆਹ ਦੁਕਾਨ ਤੋਂ ਅਸੀਂ ਲਏ ਆ ਸੂਟ, ਮੈਂ ਲਏ ਆਪਣੇ ਘਰਦਿਆਂ ਲਈ ਸੂਟ ਅਤੇ ਮਾਣੇ ਲਈ, ਅਸੀਂ ਘਰੇ ਸੂਟ ਮਤਲਬ ਅਤੇ ਕਰਨ ਦੀ ਬੀਬੀ ਲਈ, ਆ ਪਤਾ ਨਹੀਂ ਕੀ ਫਲਕਚੁਏਸ਼ਨ ਜੀ ਹੋਈ ਜਾਂਦੀ ਹੈ। ਭਾਈ ਕੀ ਨਾਮ ਹੈ ਆਪਕਾ ਸਰ? ਜ਼ੁਬੈਰ ਭਾਈ, ਥੈਂਕ ਯੂ ਸੋ ਮਚ, ਬਹੁਤ ਜ਼ਬਰਦਸਤ ਸੂਟ ਹੈ ਔਰ ਬੜੇ ਇਕਨੋਮਿਕ ਰੇਟਾਂ ਦੇ ਉੱਤੇ, ਬੜੇ ਜੈਨੂਅਨ ਜੇ ਰੇਟਾਂ ਦੇ ਉੱਤੇ ਤੁਹਾਨੂੰ ਸੂਟ ਮਿਲ ਜਾਣੇ ਆ, ਬਹੁਤ ਕੁਛ ਮਹਿੰਗੇ ਨਹੀਂ ਆ। ਅਤੇ ਬਾਕੀ ਭਰਾ ਸਪੈਸ਼ਲ ਡਿਸਕਾਊਂਟ ਵੀ ਦਊਗਾ, ਹਮਾਰੇ ਨਾਮ ਪੇ ਲਵਪ੍ਰੀਤ ਕੇ ਨਾਮ ਪੇ ਅਗਰ ਕੋਈ ਆਇਆ ਉਸਕੋ ਡਿਸਕਾਊਂਟ ਦੇਣਾ, ਠੀਕ ਹੈ? ਆਹ ਵੈਸੇ ਵੀ ਸ਼੍ਰੀਨਗਰ ਵਾਲੇ ਹਮਾਰੇ ਭਾਈ ਹੋ, ਉਨਕੇ ਸਾਥ ਤੋਂ ਹਮਾਰਾ ਵੈਸੇ ਵੀ ਬੜਾ ਪਿਆਰ ਹੈ, ਸੋ ਥੈਂਕ ਯੂ ਸੋ ਮਚ ਬਰੋ, ਦੇਣੇ ਕਰੀਏ, ਜਲਦੀ ਮਿਲਦੇ ਹਾਂ। ਮਾਲ ਰੋਡ ਮਨਾਲੀ, ਕਿਆ ਨਾਮ ਹੈ ਸ਼ੌਪ ਦਾ? ਵਾਨੀ ਹੈਂਡਲੂਮ। ਵਾਨੀ ਹੈਂਡਲੂਮ, ਥੈਂਕ ਯੂ ਬਰੋ, ਥੈਂਕ ਯੂ ਸੋ ਮਚ। ਇੱਧਰ ਦੇਖੇ ਜਾ ਰਹੇ ਨੇ ਵਲੌਗ, ਆਪਣੇ ਵਿਊ ਆਪ ਵਧਾ ਰਹੇ ਹਾਂ ਅਸੀਂ। ਨਹੀਂ ਨਹੀਂ, ਮਜ਼ਾ ਆਉਂਦਾ ਵਿਆ ਦੇਖਣ ਦਾ। ਸੋ ਮਨਾਲੀ ਇੱਥੇ ਆਪਾਂ ਬੈਠੇ ਸੀਗੇ, ਨਾਮ ਕੀ ਸੀਗਾ ਯਾਰ ਰੈਸਟੋਰੈਂਟ ਦਾ? ਸਭ ਜੋ ਵੀ ਸੀਗਾ ਤੁਹਾਨੂੰ, ਹੈਂ ਚੌਪਸਟਿਕਸ, ਚੌਪਸਟਿਕਸ ਕਰਕੇ ਰੈਸਟੋਰੈਂਟ ਦਾ ਨਾਮ ਆ, ਅਤੇ ਚਿਕਨ ਤੁਪਕਾ ਔਡਰ ਕੀਤਾ ਮੈਂ। ਇਹ ਤੁਸੀਂ ਮੇਰੇ ਪਹਿਲਾਂ ਵੀ ਯੂਟਿਊਬ ਚੈਨਲ ਦੇ ਉੱਤੇ, ਮੇਰੇ ਯੂਟਿਊਬ ਦੇ ਉੱਤੇ ਇੱਕ ਮੈਂ ਵਲੌਗ ਪਾਇਆ ਸੀਗਾ ਜਦੋਂ ਮੈਂ ਧਰਮਕੋਟ ਗਿਆ ਸੀਗਾ। ਸੋ ਚਿਕਨ ਤੁਪਕਾ ਹੁੰਦਾ ਇਹ ਦਿੰਦੇ ਆ, ਨਾਲ ਸੂਪ ਸਰਵ ਕਰਦੇ ਆ ਇਹਦੇ, ਐਂਡ ਵਿੱਚ ਰਾਈਸ ਹੁੰਦੇ ਅਤੇ ਚਿਕਨ ਹੁੰਦਾ ਅਤੇ ਵੈਜੀਟੇਬਲਸ ਹੁੰਦਾ। ਉੱਥੇ ਤਾਂ ਬਹੁਤ ਵਧੀਆ ਸੀ, ਇੱਥੇ ਇਹ ਦੇ ਦੇਣ ਟਰਾਈ ਕਰਕੇ ਕਿੱਦਾਂ। ਮੂ ਟਰਾਈ ਕਰਦਾ ਮੈਂ, ਵਧੀਆ ਭਾਈ, ਸੂਪ ਆ ਵੈਜੀਟੇਬਲ ਦਾ, ਚਿਕਨ ਆ, ਐਂਡ ਰਾਈਸ ਆ, ਰਾਈਸ ਨਹੀਂ ਸੋਰੀ ਨੂਡਲ ਦਾ। ਹੁਣ ਬਰਗਰ ਮਾਣਾ ਸਾਹਿਬ ਖਾ ਕੇ ਦੱਸੋ ਭਾਈ ਕਿੱਦਾਂ? ਦੱਸਦਾ ਕਿਹੜਾ ਵਾ? ਮਟਨ ਮਟਨ ਬੱਕਰਾ ਬੱਕਰਾ ਕਿੱਦਾਂ? ਓਕੇ ਆ, ਕੁਛ ਮਿੱਠਾ ਖਾਣੇ ਕੀ ਤਲਬ ਭਾਈ? ਕੈਸਾ ਹੈ ਇਤਨਾ ਸੁੰਦਰ ਇਤਨਾ ਅੱਛਾ? ਠੀਕ ਹੈ ਜੀ, ਠੀਕ ਹੈ, ਜ਼ਰੂਰ ਖਾਓ। ਹਾਂ ਇੱਕ ਪਲੇਟ ਔਰ ਦੇ ਦਿਓ ਭਾਈ। ਨਹੀਂ ਨਹੀਂ, ਇੱਕ ਹੀ ਫੜ, ਜਲਦੀ ਫੜ, ਜਲਦੀ ਫੜ, ਖਾ ਲੂੰਗਾ, ਜਲਦੀ ਫੜ ਇੱਕ ਮਿੰਟ। ਆਪਨੇ ਕਿਹੜਾ ਕੈਸੇ ਕਿਉਂ ਕਰਦੀ ਹੈ? ਫੜ ਯਾਰ, ਨੈਪਕਿਨ ਹੈ ਆਂਟੀ? ਆਪਨੇ ਕੈਸੇ ਗਿਰਾਇਆ?
ਆਏ ਬੱਚਾ ਹੈ ਇਸਕੋ ਖਾਣਾ ਨਹੀਂ ਆਉਂਦਾ, ਸੱਟ ਲਿਆ ਜੀ ਉਹ ਹੱਥ ਤੇ। ਭਾਜੀ ਫੜ ਲਾ, ਭਾਜੀ ਫੜ ਲਾ, ਭਾਜੀ ਦੇ ਹੱਥ 'ਚ ਫੋਨ ਫੜਿਆ, ਮੈਂ ਕਿਤੇ ਫੜਦਾ ਆ ਕੀ ਕਰਦਾ ਨਾਲ ਦਾ। ਕੋਈ ਗੱਲ ਨੀ ਫੜ, ਮਨੇ ਨਹੀਂ ਖਾਣਾ ਤੁਹਾਨੂੰ ਪਤਾ ਨਹੀਂ ਆਵਾਜ਼ ਸੁਣਦੀ ਨੀ ਸੁਣਦੀ ਡੈਮ ਆ ਆਪਣੀ ਗੱਡੀ ਕਰਨੇ ਫੋਟੋਗ੍ਰਾਫੀ ਆਵਾਜ਼ਾਂ ਕਿਆ ਕਿਆ ਡਰਾਉਣੀਆਂ ਡਰਾਉਣੀਆਂ ਆਵਾਜ਼ਾਂ ਹੁਣ ਤਾਂ ਪੈਜੂ। ਫਾਈਨਲੀ ਪਹੁੰਚੇ ਜੀ ਅਸੀਂ ਆਪਣੇ ਸ਼ਹਿਰ 'ਚ ਜਲੰਧਰ 'ਚ, ਸਾਡੇ ਕਰਨ ਸੰਧੂ ਸਾਹਿਬ ਨੂੰ ਲੱਗੀ ਹੋਈ ਆ ਭੁੱਖ ਅਤੇ ਕਹਿੰਦਾ ਮੈਕਡੋਨਲਡ ਖਾ ਕੇ ਜਾਣਾ। ਚਲੋ ਭਾਈ ਖਾ ਲਓ, ਆਪਾਂ ਪਾਣੀ ਪੂਣੀ ਪੀ ਲਈਏ। ਉਹ ਭੈਣ ਸੀ ਆਹ ਬੰਦਾ ਦੇਖਿਆ ਤੈਨੂੰ ਇਹ ਕਹਿੰਦਾ ਉੱਥੇ ਨਵੇਂ ਸ਼ਹਿਰ ਕੋ ਕਹਿੰਦਾ 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 ਤੁਹਾਨੂੰ ਕੋਈ ਬੰਦਾ ਦੇਖਿਆ ਕੋਈ ਐਂ ਕਰਕੇ ਨਿਕਲਦਾ ਕਿੰਨੇ ਵਜੇ ਮਨਾਲੀ ਤੋਂ ਰਹੇ ਆਪਾਂ? 10:30 ਵਜੇ। ਕਿੰਨਾ ਟਾਈਮ ਹੋਇਆ ਹੁਣ? ਦਹਾਈ ਉਰੇ 4:06 ਡਾਇਰੈਕਟ ਮਨਾਲੀ ਟੂ ਇੱਥੇ ਤੱਕ ਡਰਾਈਵ। ਉਹ ਤੋਂ ਪਹਿਲਾਂ ਦੇ ਅਸੀਂ ਅੱਜ ਸਵੇਰੇ 10:30 ਵਜੇ ਦੇ ਤੁਰੇ ਹੋਏ ਹਾਂ। ਸੋ 10:30, 12, 14, 16 ਘੰਟੇ ਹੋ ਗਏ ਆਪਾਂ ਨੂੰ ਡਰਾਈਵ ਕਰਦਿਆਂ ਨੂੰ ਅੱਜ 16:30 ਘੰਟੇ 16:30 ਘੰਟੇ ਡਰਾਈਵ ਕੀਤੀ ਅੱਜ। ਆਹ ਅਸੀਂ ਤੁਰੇ ਹਾਂ ਲੋਸਰ ਕਾਜ਼ਾ ਟੂ ਜਲੰਧਰ 16:30 ਘੰਟੇ। ਆਪਣਾ ਘਰ ਆ ਇਥੋਂ ਮਨਾਲੀ ਹੈਗਾ 329 ਕਿਲੋਮੀਟਰ 329 ਪਲੱਸ 200 ਕਿਲੋਮੀਟਰ ਇੱਥੇ ਲਾ ਲਓ, ਮਤਲਬ ਇੱਧਰੋਂ 329 ਆ, ਉੱਧਰੋਂ ਤਾਂ ਬਹੁਤ ਹੀ ਲੰਬਾ ਹੈ ਹਨਾ। ਤੁਹਾਨੂੰ ਸਾਡਾ ਵਲੌਗ, ਸਾਡਾ ਚੈਨਲ, ਸਾਡਾ ਕੰਟੈਂਟ ਵਧੀਆ ਲੱਗ ਰਿਹਾ ਜੇ ਤੁਸੀਂ ਸਾਡੀ ਤਿੰਨਾਂ ਦੀ ਜੋੜੀ ਦੁਬਾਰਾ ਦੇਖਣੀ ਚਾਹੁੰਦੇ ਹੋ ਔਨ ਟਰੈਵਲਿੰਗ, ਅਤੇ ਅਸੀਂ ਹੁਣ ਬਹੁਤ ਸਾਰੇ ਸਾਡੇ ਪਲੈਨਸ ਨੇ, ਅਸੀਂ ਤੁਹਾਨੂੰ ਆਉਣ ਵਾਲੇ ਦਿਨ ਦੇ ਵਿੱਚ ਆਫ ਰੋਡਿੰਗ ਚੰਗੀ ਤਰ੍ਹਾਂ ਐਨ 4x4 ਆਪਣੀਆਂ ਥਾਰਾਂ ਵਾ, ਮਾਣੇ ਵਾਲੀ ਥਾਰ, ਕਰਨ ਵਾਲੀ ਥਾਰ, ਹੋਰ ਵੀ ਗੱਡੀਆਂ ਆਪਣੇ ਕੋਲੋਂ ਵਧੀਆ ਹੁਣ 4x4 ਆਪਾਂ ਵੀਡੀਓ ਉਹ ਵੀ ਉੱਥੇ ਸੋਰੀ ਆਫ ਰੋਡਿੰਗ ਦੀਆਂ ਵੀਡੀਓ ਉਹ ਵੀ ਪਾਇਆ ਕਰਾਂਗੇ ਆਪਾਂ, ਅਤੇ ਉਹ ਵੀ ਤੁਸੀਂ ਦੇਖਿਓ ਪਸੰਦ ਕਰੋ। ਜੇ ਇੱਦਾਂ ਦਾ ਕੰਟੈਂਟ ਲਾਈਕ ਕਰਦੇ ਹੋ ਤਾਂ ਦੱਸਿਓ, ਬਾਕੀ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ, ਅਤੇ ਇਹਨਾਂ ਮੇਰਾ ਯਾਰਾਂ ਨੂੰ ਕਰ ਲਓ ਫੋਲੋ, ਤੁਹਾਨੂੰ ਪਤਾ ਮਾਣਾ ਅਤੇ ਕਰੋ ਸਾਧੂ ਮੇਰੇ ਸ਼ੇਰ ਦੇ ਮਾਰੇ ਵਗਾ ਗਿਆ ਇੱਥੇ, ਅਤੇ ਮੈਂ ਹੀ ਚੱਕਣੀ ਭਾਜੀ ਪਾ ਦਿਓ ਕੂੜਾ, ਕੋਈ ਚੱਕਰ ਨਹੀਂ। ਸੋ ਥੈਂਕ ਯੂ ਸੋ ਮੱਚ ਬਰੋ, ਮਜ਼ਾ ਆ ਗਿਆ, ਯਾਰੀ ਆਪਣੀ ਪੱਕੀ ਆ, ਆ ਬੰਦਾ ਲਾਇਆ ਹੀ ਠੀਕ ਆ, ਦੁਬਾਰਾ ਨਾ ਦਿਖੇ। ਚੱਲ ਠੀਕ ਆ ਮੇਰਾ ਵੀਰ, ਥੈਂਕ ਯੂ ਸੋ ਵੈਰੀ ਮੱਚ, ਮਜ਼ਾ ਆਇਆ। ਹੁਣ ਆਪਾਂ ਆ ਗਏ ਆਪਣੇ ਘਰ।
ਗੁੱਡ ਨਾਈਟ ਹੋਮ ਸਵੀਟ ਹੋਮ।